क्या वो पेड़ है चादर ओढ़े या खड़ा कोई। देखो देखो क्या वो पेड़ है चादर ओढ़े या खड़ा कोई। बारिश है या आसमान में छोड़ दिए है नल खुले कहीं। हम जैसे देखे ये जहां है वैसा ही जैसी नजर अपनी। खुल के सोचे आओ पंख तरह फैलाओ रंग नए बिखराओ चलो 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 नए ख्वाब बुन ले। सरकार पर कर दिया प्यार फायदा की लौन तो कह भी नहीं सकते दिला इको गल का गिला मैं डरा तेरी हरी गुण तो। रोज रोज मिलने जी करे दस दिल की करे बहुत हुई गल्ला फून तो। रोज रोज मिलने जी करे दस दिल की करे बहुत हुई गल्ला फून तो। इंज लगे खोरे किन्ने हो गए ने साल भावें टप्पे आया भी एक होर नी। एक बारी आके सीना चीर के वखा दिया जे आख दिया दिल विच चोर नी। ओ बने ते छड़ दा मैं मैसेज तू मेरे जज्बातां उत्ते कर दीना गौर नी। अज तक उची नी मैं किसे दी ना सुनी गला तेरे अगे चलदा ना जोर नी। नैणा दे नेड़े ते दिल दे बनेरे ते बैठी रमी आरा सारी उम्र। राहों में बाहों में बचके निगाहों से लगना जाए तुझे कहीं नजर। छड़ दो गरूर तुसी हुण तां जोर डर लगदा है तोड़े कोल दूर होण तो। कह भी नहीं सकदे दिला इको गल दा गिला मैं डरा तेरी हरी कुण तो। रोज रोज मिलने नू जी करे दस दिल की करे बहुत हुई गल्ला फून तो। रोज रोज मिलने नू जी करे दस दिल की करे बहुत हुई गल्ला फून तो। शायद मुक्कण ते होण ही ना ये गल्लां ने जो ओहदी अखां विच मैं दिसदा मेरी अखां विच ओ। जिन्ना आउंदा मैं करदा ओ करे बराबर ओहदी अखां विच मैं दिसदा मेरी अखां विच ओ। तड़के ही उठ के बेचेते तेन करा नाले नाम तेरा लमा यारा पहला सुन तो। कह भी नहीं सकदे दिला इको गल दा गिला मैं डरा तेरी हरी गुण तो। इंदू मैडम जी साडे राजविंदर मैडम जी एस एम सी कमेटी मैंबर पंचायत मैंबर आए हुए पतवंत सज्जनों आप जी नू बहुत बहुत मुबारक इस जो फंक्शन हो रहा आप जी ने देख ही लिया कि ये साडे टीचर है किन्ने मेहनती है। मैनू एज ए सी एच टी इन्हों पर बहुत माण है जी। मैं पिछे भी चार पाँच स्कूल हम आप कवर करके आए हैं पर इतने आण के मैं 10-15 मिनट वाधू ला रहे हैं। बहुत वधिया जी इन्होंने एक बार क्लैपिंग कर दौ बहुत वधिया प्रोग्राम होया जी। तो आप आस करते हैं कि पिंड वाले जोड़े है ये अगे तो भी इन्हों का साथ इसी तरह देन फाइनैशियल भी सारे पक्षों जाने के
ਅਤੇ ਜੇ ਕੋਈ ਪ੍ਰੋਬਲਮ ਆਉਂਦੀ ਹੈ ਉਹ ਵੀ ਤੁਸੀਂ ਹੱਲ ਕਰੋਗੇ। ਅਤੇ ਇਸ ਆਪ ਜੀ ਦਾ ਇੱਥੇ ਆਉਣ 'ਤੇ ਬਹੁਤ ਬਹੁਤ ਧੰਨਵਾਦ। ਮੈਡਮ ਜੀ ਥੈਂਕ ਯੂ, ਬਹੁਤ ਵਧੀਆ ਪ੍ਰੋਗਰਾਮ ਸੀ ਜੀ। ਸਾਡੇ ਬੀ ਐੱਮ ਟੀ ਸਾਹਿਬ ਲਈ ਵੀ ਇੱਕ ਵਾਰ ਤਾੜੀ ਮਾਰਦੇ ਹਾਂ, ਸਵੇਰ ਦੇ ਕਹਿੰਦੇ ਇੱਥੇ ਆ ਕੇ ਬੈਠੇ ਹੋਏ ਆ, ਧੰਨਵਾਦ ਜੀ। ਹਾਂਜੀ, ਆ ਸਾਡੇ ਪੰਜਾਬੀਆਂ ਦੀ ਆਵਾਜ਼ ਪ੍ਰੈਸ ਵਾਲੇ ਭਾਅ ਜੀ ਆਏ ਵਾ ਚੈਨਲ 'ਤੇ, ਸਵੇਰ ਨੂੰ 8:30 ਵਜੇ ਲਿੰਕ ਭੇਜ ਦੂਗੇ, ਉੱਤੇ ਜੋ ਵੀ ਐਕਟੀਵਿਟੀਜ਼ ਹੋਈਆਂ ਤੁਸੀਂ ਦੇਖੋਗੇ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ, ਬਹੁਤ ਦੂਰੋਂ ਆਇਆ ਹੈ। ਥੈਂਕ ਯੂ। ਅੱਜ ਸਕੂਲ ਦੇ ਵਿੱਚ ਪ੍ਰੋਗਰਾਮ ਬਹੁਤ ਵਧੀਆ ਹੋਇਆ। ਮੈਂ ਆਉਣ ਵਾਲੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਬੱਚਿਆਂ ਦੇ ਮਾਤਾ ਪਿਤਾ ਬਹੁਤ ਸੱਜਣਾਂ ਨੇ ਆ ਕੇ ਰੌਣਕ ਲਗਾਈਆਂ ਅਤੇ ਪ੍ਰੋਗਰਾਮ ਸ਼ਾਮਿਲ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਬਹੁਤ ਹੀ ਸਤਿਕਾਰਯੋਗ ਸਾਡੇ ਅੱਜ ਦੇ ਮੁੱਖ ਮਹਿਮਾਨ ਸੀਏਟੀ ਸਾਹਿਬਾਨ ਅਤੇ ਬੱਚਿਆਂ ਦੇ ਮਾਪੇ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਲਈ, ਅੱਜ ਦੀ ਗ੍ਰੈਜੂਏਸ਼ਨ ਸੈਰੇਮਨੀ ਦੇ ਲਈ ਮੈਂ ਮੁਬਾਰਕਬਾਦ ਦਿੰਦਾ ਸਾਡੇ ਸਟਾਫ ਮੈਂਬਰਾਂ ਨੂੰ ਅਤੇ ਜਿਨ੍ਹਾਂ ਨੇ ਬਹੁਤ ਵਧੀਆ ਪ੍ਰੋਗਰਾਮ ਅਰੇਂਜ ਕੀਤਾ ਹੈਗਾ ਔਰ ਬੱਚਿਆਂ ਨੂੰ ਤਿਆਰੀ ਕਰਵਾਈ ਹੈਗੀ ਹੈ। ਸਿਰਫ 2 ਅਧਿਆਪਕ ਹੈਗੇ ਆ ਅਤੇ ਬਹੁਤ ਵਧੀਆ ਤਿਆਰੀ ਕਰਵਾਈ ਹੈਗੀ ਆ ਔਰ ਤੁਹਾਡੇ ਪਿੰਡ ਲਈ ਵੀ ਮਾਣ ਵਾਲੀ ਗੱਲ ਹੈਗੀ ਕਿ ਤੁਹਾਨੂੰ ਇੱਦਾਂ ਦੇ ਅਧਿਆਪਕ ਮਿਲੇ ਹੋਏ। ਸੋ ਇਹ ਅਧਿਆਪਕ ਤਾਂ ਹੀ ਇੱਥੇ ਰਹਿਣੇ ਆ ਜੇ ਤੁਸੀਂ ਆਪਣੇ ਬੱਚੇ ਇਹਨਾਂ ਨੂੰ ਕੋਲ ਛੱਡ ਕੇ ਜਾਓ, ਅਤੇ ਨਹੀਂ ਤਾਂ ਸਰਕਾਰ ਨੇ ਇੱਥੋਂ ਚੁੱਕ ਕੇ ਲੈ ਜਾਣੀ ਇਹਨਾਂ ਨੂੰ ਅਤੇ ਜਾਣ ਤੁਸੀਂ ਦਿਓ ਨਾ। ਇਹ ਮੈਡਮ ਹੁਣੀ ਤਾਂ ਤਿਆਰੀ ਕਰੀ ਬੈਠੇ ਇੱਧਰਲੇ ਤਾਂ ਸਾਡੇ, ਅਤੇ ਮੈਨੂੰ ਕੋਈ ਹੋਰ ਸਟੇਸ਼ਨ ਮਿਲਣਾ ਮੈਂ ਉੱਥੇ ਜਾਣਾ। ਅਤੇ ਤੁਹਾਡੇ ਲਈ ਇਹ ਗੁਜ਼ਾਰਿਸ਼ ਹੈਗੀ ਹੈ ਕਿ ਇੱਦਾਂ ਦੇ ਅਧਿਆਪਕ ਜਿਹੜੇ ਹੈਗੇ ਆ ਤੁਸੀਂ ਸਕੂਲ 'ਚੋਂ ਜਾਣ ਨਹੀਂ ਦੇਣੇ। ਇਹ ਮੈਡਮ ਜੀ ਚਲੇ ਗਏ ਸੀਗੇ 2 ਪਹਿਲਾਂ, ਉਹ ਤੁਹਾਡਾ ਪਿਆਰ ਸੀਗਾ, ਫਿਰ ਮੁੜ ਕੇ ਖਿੱਚ ਕੇ ਲਿਆਏ ਇਹਨਾਂ ਨੂੰ ਉੱਥੇ। ਔਰ ਇੱਕ ਮੈਂ ਬਲੋਕ 'ਤੇ ਕੰਮ ਕਰਦਾ, 60 ਸਕੂਲ ਮੇਰੇ ਕੋਲ ਹੈਗੇ ਆ ਅਤੇ ਮੈਂ ਹਰ ਜਗ੍ਹਾ ਇਹ ਗੱਲ ਕਹਿੰਦਾ ਹੁੰਦਾ ਕਿ ਮੇਰਾ ਬੁੱਲੋਲ ਬਲੋਕ ਜਿਹੜਾ ਸਭ ਤੋਂ ਦੀ ਬੈਸਟ ਹੈਗਾ, ਇੱਥੇ ਟੀਚਰ ਬਹੁਤ ਵਧੀਆ ਹੈਗੇ ਆ। ਔਰ ਮੈਡਮ ਜੀ ਸਾਡੇ ਇੱਧਰੋਂ ਜਲੰਧਰ ਜ਼ਿਲ੍ਹੇ ਵਿੱਚ ਚਲੇ ਗਏ ਸੀਗੇ ਅਤੇ ਵਾਪਸ ਫਿਰ ਮੁੜ ਕੇ ਇੱਥੇ ਆਏ ਆ ਕਿ ਸਾਡਾ ਜਿਹੜਾ ਬਲੋਕ ਹੈਗਾ ਬਹੁਤ ਵਧੀਆ ਹੈਗਾ, ਸਾਡੇ CIT ਸਾਹਿਬਾਨ ਜਿਹੜੇ ਹੈਗੇ ਆ ਬਹੁਤ ਵਧੀਆ ਕਾਬਲ ਹੈਗੇ ਆ ਅਤੇ ਸਾਡਾ ਜਿਹੜਾ ਹੈਗਾ ਹਰ ਹੌਸਲਾ ਅਫਜ਼ਾਈ ਵੀ ਕਰਦੇ ਹੈਗੇ ਅਤੇ ਸਾਨੂੰ ਅਗਵਾਈ ਵੀ ਦਿੰਦੇ ਹੈਗੇ ਆ। ਅਤੇ ਤੁਹਾਡੇ ਲਈ ਗੁਜ਼ਾਰਿਸ਼ ਮੇਰੀ ਪੇਰੈਂਟਸ ਲਈ ਇਹ ਹੈਗੀ ਆ ਕਿ ਅਧਿਆਪਕ ਸਕੂਲ ਦੇ ਵਿੱਚ ਆਉਂਦਾ, ਤੁਸੀਂ ਬੱਚੇ ਛੱਡ ਜਾਂਦੇ ਆ, ਕਿਤੇ ਗਾਹੇ ਬਗਾਹੇ ਇਹਨਾਂ ਦਾ ਹਾਲ ਚਾਲ ਵੀ ਪੁੱਛ ਜਾਇਆ ਕਰੋ। ਕਿਤੇ ਤੁਸੀਂ ਬੁੱਲਾਂ ਨੂੰ ਗਏ ਜਾਂ ਕਿਤੇ ਹੁਸ਼ਿਆਰਪੁਰ ਗਏ ਹੈਗੇ, ਤੁਸੀਂ ਜਾਂਦੇ ਹੋਏ ਪੁੱਛ ਲਿਆ ਇਹਨਾਂ ਨੂੰ, ਮੈਡਮ ਜੀ ਕੋਈ ਸਮਾਨ ਤਾਂ ਨਹੀਂ ਚਾਹੀਦਾ, ਪੈਸੇ ਵੀ ਇਹਨਾਂ ਨੇ ਕੋਲੋਂ ਹੀ ਦੇ ਦੇਣੇ, ਤੁਹਾਨੂੰ ਖਰਚਣ ਦੀ ਲੋੜ ਨਹੀਂ ਹੈਗੀ, ਸਿਰਫ ਇੰਨਾ ਕਿ ਇਹਨਾਂ ਨੂੰ ਹੌਸਲਾ ਹੋ ਜਾਣਾ ਕਿ ਸਾਨੂੰ ਕੋਈ ਪੁੱਛਣ ਆਉਂਦਾ ਆ। ਸੋ ਉਹਦੇ ਨਾਲ ਹੀ ਬਹੁਤ ਸਾਡਾ ਜਿਹੜਾ ਹੌਸਲਾ ਵੱਧਦਾ ਹੈਗਾ ਅਤੇ ਤਾਂ ਕਿ ਆਪਾਂ ਜਿਹੜੇ ਆ ਇੱਦਾਂ ਦੇ ਜੇ ਸਾਡੀ ਲੋੜ ਕਿਤੇ ਪੂਰੀ ਹੋ ਜਾਂਦੀ ਹੈ ਵੀ ਸਾਨੂੰ ਬੁੱਲਾਂ ਨੂੰ ਕੋਈ ਸਮਾਨ ਲੈਣ ਜਾਣਾ ਪੈਂਦਾ, ਤੁਸੀਂ ਜਾਗਦੇ ਆ ਜੇ ਕਿਤੇ ਲੈ ਆਉਂਗੇ ਨਾਲ ਤਾਂ ਮੇਰੇ ਖਿਆਲ ਕਿ ਸਾਡੇ ਅਧਿਆਪਕ ਦੀ ਹੈਲਪ ਹੋ ਜਾਣੀ ਹੈ। ਸੋ ਇੱਦਾਂ ਦੀ ਹੈਲਪ ਵੀ ਜ਼ਰੂਰ ਕਰਨੀ ਹੈ। ਅਤੇ ਬਾਕੀ ਇਹ ਅਧਿਆਪਕਾਂ ਨੇ ਕਮਾਇਆ ਜੋ ਇਹ ਹੈਗਾ ਕਿ ਇੱਥੇ ਤੁਹਾਡੇ ਪਿੰਡ ਦੇ ਨਗਰ ਨਿਵਾਸੀ ਆਏ ਸੀਗੇ ਤਾਂ ਉਹਨਾਂ ਨੂੰ ਜਾਣਾ ਪੈ ਗਿਆ, ਤਾਂ ਉਹ ਪਰ ਇੱਕ ਗੱਲ ਜ਼ਰੂਰ ਕਹਿ ਕੇ ਗਏ, ਮੈਡਮ ਜੀ ਜਦੋਂ ਅੱਗੇ ਪ੍ਰੋਗਰਾਮ ਹੋਊਗਾ ਨਾ ਕਿਤੇ ਸਾਨੂੰ ਜ਼ਰੂਰ ਬੁਲਾਇਓ। ਸੋ ਇਹ ਹੀ ਅਧਿਆਪਕ ਦੀ ਕਮਾਈ ਹੈਗੀ ਹੈ ਕਿ ਤੁਸੀਂ ਉਹਦੇ ਨਾਲ ਜੁੜਦੇ ਹੈਗੇ ਆ, ਤੁਹਾਡੇ ਪਿੰਡ ਦਾ ਇੱਕ ਮੈਂਬਰ ਹੀ ਹੈਗਾ ਆ। ਸੋ ਅਤੇ ਮੈਨੂੰ ਆਸ ਹੈਗੀ ਕਿ ਸੋਤਿਆਂ ਪਿੰਡ ਦੇ ਜਿਹੜੇ ਇਸ ਸਕੂਲ ਲਈ ਬਹੁਤ ਕੁਛ ਕੀਤਾ, ਪੰਚਾਇਤ ਨੇ ਵੀ ਕੀਤਾ, ਮੇਰੇ ਖਿਆਲ ਬਲੋਕ ਵੀ ਸਰ ਤੁਹਾਡੇ ਪੰਚਾਇਤ ਨੇ ਲਗਾਏ ਹੈਗੇ ਆ ਅਤੇ ਆਂਗਨਵਾੜੀ ਵਰਕਰ ਵੀ ਮੇਰੇ ਖਿਆਲ ਇੱਥੇ ਹੀ ਹੁੰਦੇ ਆ, ਤੁਹਾਡਾ ਆਂਗਨਵਾੜੀ ਦਾ ਸਹਿਯੋਗ ਵੀ ਪੂਰਾ ਹੈਗਾ। ਅਤੇ ਹੁਣ ਇੱਕ ਬੱਚਿਆਂ ਦੀ ਗਿਣਤੀ ਅਸੀਂ ਜ਼ਰੂਰ ਵਧਾਉਣੀ ਹੈਗੀ ਆ, ਜੇ ਇਸ ਸਕੂਲ ਦੇ ਵਿੱਚ ਤੁਸੀਂ ਬੱਚਿਆਂ ਦੀ ਗਿਣਤੀ ਵਧਾ ਦਿੰਦੇ ਹੈਗੇ ਅਤੇ ਤੁਹਾਡਾ ਜਿਹੜਾ ਸਕੂਲ ਹੈਗਾ ਨਵੀਂ ਐਜੂਕੇਸ਼ਨ ਪਾਲਿਸੀ ਦੇ ਵਿੱਚ ਜਿਹੜੀ ਐਲੀਮੈਂਟਰੀ ਸਕੂਲ ਹੈਗੇ ਉਹ 8 ਤੱਕ ਸਾਡੇ ਹੋ ਰਹੇ ਆ ਅਤੇ ਉਹ 8 ਤੱਕ ਦੀ ਐਜੂਕੇਸ਼ਨ ਤੁਹਾਡੇ ਪਿੰਡ ਦੇ ਵਿੱਚ ਹੀ ਹੋ ਜਾਣੀ ਹੈ, ਗਰਾਊਂਡ ਵੀ ਹੈਗੀ ਆ, ਵਧੀਆ ਹੈਗੀ ਆ। ਸੋ ਇੱਦਾਂ ਦੇ ਐਫਰਟਸ ਕਰੋ, ਥੋੜ੍ਹੇ ਜਿਹੇ ਬੱਚਿਆਂ ਦੀ ਗਿਣਤੀ ਹੋਰ ਵਧਾ ਦਿਓ ਜੀ। ਸੋ ਸਾਰੇ ਆਏ ਹੈਗੇ ਆ ਪ੍ਰੋਗਰਾਮ ਲਈ, ਮੈਂ ਫਿਰ ਤੋਂ ਮੁਬਾਰਕਬਾਦ ਦਿੰਦਾ ਅਤੇ ਸਾਡੇ CIT ਸਾਹਿਬਾਨ ਵੱਲੋਂ ਵੀ ਆਰਥਿਕ ਸਹਾਇਤਾ ਸਕੂਲ ਨੂੰ ਜ਼ਰੂਰ 1000 ਰੁਪਿਆ ਜੀ CIT ਸਾਹਿਬਾਨ ਵੱਲੋਂ ਅਤੇ 1000 ਰੁਪਿਆ DMT ਸਾਹਿਬਾਨ ਵੱਲੋਂ ਵੀ ਸਕੂਲ ਨੂੰ, ਕਿਉਂਕਿ ਇਹਨਾਂ ਦਾ ਪ੍ਰਬੰਧ ਇੰਨਾ ਵਧੀਆ ਹੈਗਾ ਕਿ ਜੇ ਟੀਚਰ ਦੀ ਕੁਛ ਹੈਲਪ ਹੋ ਜਾਵੇ ਤਾਂ ਉਹ ਟੀਚਰ ਦੇ ਹੌਸਲੇ ਹੋਰ ਵੱਧ ਜਾਂਦੇ ਹੈਗੇ ਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਵਿੱਚ ਹੈਲਪ ਕਰਨ ਲਈ ਸਾਡੇ ਸਪੀਕਰ ਥੋੜਾ ਪ੍ਰੋਗਰਾਮ ਨੂੰ ਵਧੀਆ ਬਣਾਉਣ ਲਈ ਸਾਡੇ ਜੋ ਹੈਲਪ ਕੀਤੀ ਗਈ ਹੈਗੀ ਆ ਉਹਦੇ ਲਈ ਅਸੀਂ ਥੋੜ੍ਹਾ ਜਿਹਾ ਹੀ ਬਸ ਆਪਣੇ ਵੱਲੋਂ ਛੋਟਾ ਜਿਹਾ ਧੰਨਵਾਦ ਕਰਨਾ ਚਾਹ ਰਹੇ ਹਾਂ ਜੀ। ਮੈਂ ਸਰ ਨੂੰ ਕਹਿ ਰਹੀ ਹਾਂ, ਅਸ਼ੋਕ ਸਰ ਜੀ ਤੁਸੀਂ CIT ਸਰ ਤੁਸੀਂ ਆਓ ਪਲੀਜ਼, ਅਸੀਂ ਤਾਂ ਕਿ ਉਹਨਾਂ ਦਾ ਹਾਂਜੀ ਥੈਂਕਸ ਕਰ ਸਕੀਏ। ਆਹ
No, no, no.